ਸਤਿ ਸ਼੍ਰੀ ਅਕਾਲ ਜੀ ਮੈਂ ਮਰੀਕ ਸਿੰਘ ਅੱਜ ਮੈਂ ਬੇਬੇ ਨਾਲ ਦੂਜੀ ਵੀਡੀਓ ਲੈ ਕੇ ਆਇਆਗਾ ਬੇਬੇ ਸੁਣਾਓ ਇੱਕ ਰਾਜੇ ਦੇ ਭਾਈ ਸੱਤ ਤੀਆਂ ਤੀਆਂ ਜਦੋਂ ਸੱਤ ਤਤਗਾਂ ਨੇ ਸੱਤੇ ਬਿਠਾ ਲੀਆਂ ਇਹ ਸੀਤਾ ਕਹਿੰਦੀ ਅਸੀਂ ਤੇਰੇ ਕਰਮ ਖਾਂ ਲੈ ਕਹਿੰਦਾ ਕਰਮ ਦੱਸੋ ਕੀ ਦੇ ਖਾਂਦੀਆਂ ਹੂੰ ਉਹ ਚਾਰ ਸੀਤਾ ਕਹਿੰਦੀਆਂ ਤੇਰੇ ਖਾਂਦੇ ਆ ਸੱਤਵੀਂ ਕਹਿੰਦੀ ਮੈਂ ਤਾਂ ਆਪ ਦੇ ਖਾਂਦੀਆਂ ਹੂੰ ਭਾਈ ਉਹਨੇ ਤਾਂ ਕੀ ਕਰਿਆ ਗੁੱਸੇ ਚ ਆ ਕੇ ਰਾਜੇ ਨੇ ਉਹ ਤਾਂ ਪਿੰਗਲੇ ਨੂੰ ਵਿਆਹ ਤੇ ਦੂਜੀਆਂ ਵਧੀਆਂ ਮੁੰਡੇ ਪਾਲ ਲੈ ਵਧੀਆਂ ਘਰਵਾਰ ਪਾਲ ਲੈ ਉਹ ਵਧੀਆਂ ਘਰੇ ਤੋਰ ਤੀਆਂ ਹਮ ਭਈ ਉਹ ਤਾਂ ਤੂ ਖਾਰੀ ਚ ਪਾਕਈ ਵਿਚਾਰੀ ਤੰਨੇ ਪਾਤੇ ਉਹਦੇ ਕੱਪੜੇ ਉਹਨੂੰ ਕਹਿੰਦੇ ਜਾ ਤੂੰ ਆਪਦੇ ਕਰਮ ਪ੍ਰਤਿਆਕੇ ਦੇ ਹਮ ਭਈ ਲਈ ਗਈ ਉਹ ਉਹਨੇ ਨਹੀਂ ਆ ਕਿਹਾ ਵੀ ਮੈਂ ਨਹੀਂ ਲ ਜਾਂਦੀ ਹਮ ਵੀ ਜਦੋਂ ਮੈਂ ਆਪਦੇ ਕਰਮ ਹੀ ਕਹਿ ਬੈਠੀ ਇਹ ਤਾਂ ਨਿਆਣੀ ਸੀ ਉਹਨਾਂ ਦੇ ਮਾਗਰ ਲੱਗਦੀ ਤਾਂ ਤਾਂ ਮੈਂ ਕਹਿ ਦਿੰਦੀ ਉਹਨੇ ਖੰਨੀ ਮਤਾਬ ਦੇ ਕਰਮ ਖਾਨੀਆਂ ਚੱਲ ਭਈ ਜਦੋਂ ਤੋਰਤੀ ਪਿੰਡਾਂ ਦੇ ਵਿੱਚਲੀ ਹੌਲੀ-ਹੌਲੀ ਉਹ ਅੰਬਰਸਰ ਪਹੁੰਚ ਗਈ ਅਸੂ ਅੰਬਰਸਰ ਪਹੁੰਚੀ ਉਹ ਉਹਨੇ ਤਾਂ ਜਾ ਕੇ ਉਹ 베ਰੀ ਥੱਲੇ ਆਸਣ ਲਾ ਲਿਆ ਪਿੰਗਲੇ ਦਾ ਆਪ ਵਿਚਾਰੀ ਮੰਗ ਲਿਆ ਕਰੇ ਪਿੰਡਾਂ ਵਿੱਚ ਉਹਦੂੰ ਖਵਾ ਦਿਆ ਕਰੇ ਆਪ ਖਾ ਲਿਆ ਕਰੇ ਦੀਦਾ ਕੱਪੜਾ ਪਾਇਆ ਕਰੇ ਉਹਦੇ ਭਾਈ ਉਹ ਤਾਂ ਮੰਗਣ ਵਾਗੀ ਮਗਰੋਂ ਕੀ ਕਰਿਆ ਕੌ ਵੜ ਵੜ ਉੱਥੇ ਚਿੱਟੇ ਕਾਲੇ ਹੋ ਹੋ ਨਿਕਲਣਾ ਭਾਈ ਪਿੰਗਲੇ ਨੇ ਨਿਗਰ ਰੱਖੀ ਪਿੰਗਲਾ ਕਹਿੰਦਾ ਮੈਂ ਨਾ ਕੋਈ ਅੰਗੜ ਵੋਕੇ ਦੇਖਾਂ ਕੋੜੇ ਧੀਜਾ ਵੀ ਵਿਚਾਰਾ ਠੀਕ ਹੈ ਇਹ ਜਦੋਂ ਉਹ ਉਹ ਤਾਂ ਹੀ ਕਹਿੰਦੇ ਨੇ ਵੀ ਉਹ ਬੇਰੀ ਉੱਥੇ ਬਰਸਰ ਕੋੜ ਕੱਟੀਂਦੇ ਨੇ ਉੱਥੇ ਫੇਰ ਹੀ ਉੱਥੇ ਆਊਗਾ ਜਦੋਂ ਉਹ ਕਹਿੰਦਾ ਮੈਂ ਨਾ ਦੇਖਾਂ ਭਈ ਉਹਨੇ ਕੁੰਗੜ ਪਾ ਲਈਏ ਪਾਣੀ ਚ ਛਾਪੜੀ ਚ ਰੋੜ ਰੋੜ ਵਿਚੋਂ ਨਿਕਲ ਕੇ ਖਾਰੀ ਦਿਓ ਅੱਛਾ ਜਦੋਂ ਕੁੰਗੜ ਪਾ ਲਈ ਭਈ ਵਧੀਆ ਹੋ ਗਈ ਅੱਛਾ ਹੌਲੀ ਹੌਲੀ ਉਹਨੇ ਸਾਰਾ ਥਾ ਪਾ ਲਿਆ ਸਾਰਾ ਥਾ ਵਧੀਆ ਹੋ ਗਿਆ ਹੌਲੀ ਹੌਲੀ ਕੀ ਕਰਿਆ ਉਹਨੇ ਭਈ ਗੱਲ ਮੈਂ ਕਾਇ ਕੱਥ ਰੱਖ ਕੇ ਵੀ ਮੈਨੂੰ ਦਿਖਾਵਾਂ ਆਪਦੀ ਰਾਜਣੀ ਨੂੰ ਰਾਜਨੀਤੀ ਨਾ ਵੀ ਕਾ ਮੇਰਾ ਸੱਚ ਨਹੀਂ ਮੰਨਣਾ ਫੇਰ ਅਗਲੀ ਨੇ ਵੀ ਠੱਗੀ ਵੱਜ ਗਈ ਮੇਰੇ ਨਾਲ ਤਾਂ ਹਾਂ ਭਾਈ ਇੱਕਾਥ ਉਹਨੇ ਰੱਖ ਲਿਆ ਸਾਰਾ ਵੜ ਗਿਆ ਉਹ ਤਾਂ ਸਪੜੀ ਚ ਉਹ ਤਾਂ ਸਬੂਤ ਹੋ ਕੇ ਵੇਗਿਆ ਚੰਗਾ ਭਲਾ ਹੂੰ ਜਦੋਂ ਦੀ ਉਹ ਸਬੂਤ ਹੋ ਕੇ ਵੇਗਿਆ ਭਾਈ ਰਾਜਨੀਤੀ ਤਾਂ ਲੱਗ ਗਈ ਕਹਿੰਦੀ ਬੇਈਮਾਨ ਹੋ ਗਿਆ ਤੂੰ ਮੇਰਾ ਬੰਦਾ ਨਹੀਂ ਹੈਗਾ ਹੂੰ ਮੇਰੇ ਤੇ ਮੇਰਾ ਬੰਦਾ ਤਾਂ ਤਾਂ ਕਿਸੇ ਪਾਸੇ ਕਰਤਾ ਗਏਵਾ ਪਈ ਹੋ ਲੜਨ ਲੱਗੀ ਗੱਲ ਮਕਾ ਉਹਨੂੰ ਤਲ-ਤਾਲ ਕੋਈ ਨਾ ਲੱਗਣ ਦੇਵੇ ਕਹਿੰਦੀ ਤੂੰ ਬੇਈਮਾਨ ਹੋਇਆ ਖੜਾ ਮਹਾਰਾਜ ਦੀ ਧੀਆਂ ਫੇਰ ਵੀ ਇਹ ਵੀ ਮੇਰਾ ਤਾਂ ਪਤੀ ਉਹ ਖਾਰੀ ਚੋਂ ਨਿਕਲ ਨਹੀਂ ਸਕਦਾ ਹਾਂ ਤੂੰ ਚੰਗਾ ਫਲਾ ਹੋਇਆ ਬੈਠਾ ਉਹਨੇ ਹੱਥ ਵੀ ਦਿਖਾਇਆ ਕਹਿੰਦਾ ਮੇਰੇ ਹੱਥ ਦੇਖ ਲੈ ਕਹਿੰਦੀ ਨਾ ਪਈ ਸੁਣ ਕੇ ਗੁਰਦੁਆਰੇ ਚੋਂ ਸਿੱਖ ਆ ਕੇ ਕੋਲੇ ਸਿੱਖ ਕਹਿੰਦੇ ਬੀਬੀ ਸਾਡਾ ਕੀ ਗਰਵਲਾ ਕਹਿੰਦੀ ਬਾਬਾ ਮੈਂ ਤਾਂ ਮੰਗ ਪਿੰਜ ਕੇ ਲਿਆ ਕਿ ਆਪਣੇ ਪਤੀ ਨੂੰ ਖਵਾਉਂਦੀ ਆ ਖਾਰੀ ਚੋਂ ਮੇਰਾ ਪਤੀ ਨਿਕਲ ਨਹੀਂ ਤੀ ਸਕਦਾ ਹੂੰ ਕਹਿੰਦੀ ਅੱਜ ਇਹ ਸਬੂਤ ਹੋਇਆ ਬੈਠਾ ਹੂੰ ਗੱਲ ਕੀ ਹੈ ਉਹ ਕਹਿੰਦੇ ਪੁੱਤ ਅਸੀਂ ਸੋਡਾ ਨਵੇੜਾ ਕਰਦਿਆ ਉਹਨੇ ਹੱਥ ਵੀ ਦਿਖਾਤਾ ਕਹਿੰਦਾ ਹੱਥ ਦੇਖ ਲੋ ਜਿੱਡੀ ਮੈਥੋਂ ਸੌਹ ਲੈਣੀਆਂ ਲੈ ਲੋ ਹਾਂ ਤਾਂ ਮੈਂ ਪਈਓਹੀ ਆ ਸਾਂ ਮੈਂ ਇਹ ਵੀ ਮੈਂ ਕਮਾਨ ਨੂੰ ਦੇਖ ਕੇ ਮੈਂ ਵੜ ਗਿਆ ਕਹਿੰਦਾ ਮੈਂ ਵਿੱਚੋਂ ਜ਼ੋਰ ਤਾਂ ਲਾਲਾ ਨਿਕਲਣ ਟ ਬਸ ਰਿਓ ਉਹ ਨਹੀਂ ਸੀ ਮੈਂ ਨਿਕਲ ਸਕਦਾ ਤਨਾ ਮੈਂ ਪਹਿਲਾਂ ਉਂਗਲ ਡੋਲੀ ਫੇਰ ਮੈਂ ਹੱਥ ੜਬੋਇਆ ਫੇਰ ਕਹਿੰਦਾ ਮੈਂ ਹਵਲੀ-ਹਵਲੀ ਕਹਿੰਦਾ ਮੈਂ ਅੱਖੇ ਮੈਂ ਸਾਰੇ ਹੀ ਨਾ ਵੜ ਕੇ ਦੇਖ ਲਾਂ ਹੂੰ ਇਹ ਕਹਿੰਦਾ ਜਦੋਂ ਮੈਂ ਸਾਰਾ ਵੜਿਆ ਭਾਈ ਮੈਂ ਤਾਂ ਸਾਰਾ ਹੀ ਘਰੋਂ ਘਟਿਆ ਗਿਆ ਹੂੰ ਇੱਕ ਹੱਥ ਰੱਖ ਲਿਆ ਕਹਿੰਦਾ ਮੈਂ ਰਾਜਨੀ ਨੂੰ ਦਿਖਾਉਣ ਖਾਤਰ ਹੁਣ ਕਹਿੰਦਾ ਇਹ ਸੱਚ ਨਹੀਂ ਮੰਨ ਰਹੀ ਉਹ ਭਾਈ ਕਹਿੰਦੇ ਐਂ ਕਰੋ ਭਾਈ ਤੂੰ ਆ ਹੱਥ ਵੀ ਸਾਡੇ ਸਾਹਮਣੇ ਢਬੋ ਕੇ ਦਿਖਾ ਦੇ ਸਾਨੂੰ ਭਾਈ ਜਦੋਂ ਹੱਥ ਢਬੋਇਆ ਉਹ ਵੀ ਵਧੀਆ ਬਣ ਗਿਆ ਹੂੰ ਹੈ ਜਦੋਂ ਵਧੀਆ ਬਣ ਗਿਆ ਭਾਈ ਫੇਰ ਉਹਨੂੰ ਸੱਚ ਮੰਨਣਾ ਪਿਆ ਕਹਿੰਦੀ ਫੇਰ ਠੀਕ ਐ ਭਾਈ ਉਹ ਕਹਿੰਦੇ ਆਇਆ ਕਰੋ ਬੀਬੀ ਤੇਰਾ ਪਤੀ ਹੋ ਗਿਆ ਠੀਕ ਇੱਥੇ ਦੁੱਖ ਟੁੱਟ ਗਿਆ ਸੋਡਾ ਤੇਰੀ ਤਾਂ ਛੰਟਾ ਕੱਟਿਆ ਗਿਆ ਸਾਨੂੰ ਇੱਕ ਕਮਰਾ ਦੇਵਾਂਗੇ ਗੁਰਦੁਆਰੇ ਦੀ ਸੇਵਾ ਤੇ ਲੱਗ ਜਾ ਦੁੰਨੇ ਜੀ ਹੂੰ ਭਾਈ ਉੱਥੇ ਇਹਨਾਂ ਨੇ ਪੂਰੀ ਸੇਵਾ ਕਰੀ ਡਟ ਕੇ ਅੱਜ ਹੋਰ ਸਵੇਰੇ ਹੋਰ ਭਾਈ ਉਹ ਵੀ ਵਧੀਆ ਬਣ ਗਏ ਕਰਮ ਫਿਰ ਆਪਦੇ ਹੀ ਖਾਂਦੇ ਆਗਲਾ ਹੂੰ ਜਦੋਂ ਵਧੀਆ ਬਣ ਗਏ ਭਾਈ ਪਿਓ ਨੇ ਵੀ ਕਿਹਾ ਵੀ ਮੈਂ ਉਹ ਤੋਰ ਤੀਤੀ ਮੇਰੀ ਨਿਆਣੀ ਧੀ ਹੋਵਾ ਨਾ ਤਾਂ ਮੈਨੂੰ ਪਤਾ ਨਾ ਲਮਾ ਮਗਰ ਉਹ ਪਿਓ ਮਗਣ ਖਾਣ ਲੱਗ ਗਿਆ ਸੱਜ ਵੇਚਣ ਲੱਗ ਗਿਆ ਪਿਓ ਅੱਛਾ ਹੈਂ ਇਹ ਜਦੋਂ ਮੰਗਣ ਖਾਣ ਲੱਗਾ ਫੇਰ ਯਾਦ ਕਰਿਓ ਨੇ ਉਹ ਕੁੜੀ ਹੂੰ ਵੀ ਮੈਥੋਂ ਪਾਪ ਹੋ ਗਿਆ ਹੂੰ ਉਹਦਾ ਪਾਪ ਹੁਣ ਮੈਂ ਭਰ ਰਿਹਾ ਹੂੰ ਇਹ ਜਦੋਂ ਭਾਈ ਉੱਥੇ ਵਗ ਗਿਆ ਦਸ ਪੁੱਛ ਪਏਗੀ ਅੰਬਰਸਰ ਪਹੁੰਚ ਗਿਆ ਭਾਈ ਉੱਥੇ ਸਿੱਖ ਸੀ ਉੱਥੇ ਸਾਰੇ ਉਹ ਵੀ ਤਦੋਂ ਨੇ ਜੀ ਵੀ ਜਾ ਕੇ ਹੱਥ ਵੰਨ ਕੇ ਕਹਿੰਦਾ ਜੀ ਮੈਥੋਂ ਗਲਤੀ ਹੋ ਗਈ ਲਟਕੀ ਮੇਰੀ ਇਹ ਉਹ ਕਹਿੰਦੇ ਤੇਰੀ ਤਾਂ ਕੋਈ ਗੱਲ ਨਹੀਂ ਵੀ ਸਾਡੀ ਵੀ ਨਾਲ ਹੀ ਐ ਸੀ ਲਟਕੀ ਬਣਾ ਕੇ ਗੁਰਦੁਆਰੇ ਚ ਲਿਆ ਆਇਆ ਤੋ ਨਾ ਜੀਆਂ ਨੂੰ ਵੀ 13 ਹੈ ਜਮਾਈ ਪਈ ਐ ਸਲੋਟਾ ਇਹ ਤਾਂ ਸਾਫ ਹੋ ਗਿਆ ਸਬੂਤ ਤਾਂ ਇਹ ਤਾਂ ਕਰਤਾ ਸੀ ਜਿਹੜਾ ਕੰਮ ਨਹੀਂ ਕਰਨਾ ਸੀ ਵਿਚਾਰੀ ਨਾ ਚਲ ਉੱਥੇ ਦੋ ਚਾਰ ਦਿਨ ਰਿਹਾ ਵਿਚਾਰੀ ਨੇ ਨਮਾਇਆ ਲੀੜੇ ਪਾਏ ਆਪਦੇ ਪਿਓ ਦੇ ਪੂਰੀ ਸੇਵਾ ਕਰੀ ਵੀ ਮੇਰਾ ਪਿਓ ਹੈ ਉਹਨੇ ਫੇਰ ਵੀ ਆਏ ਕੋਈ ਗੱਲ ਨਾ ਚਿੱਤ ਤੇ ਲਿਆਂਦੀ ਚਲ ਭਾਈ ਉਥੋਂ ਫੇਰ ਕਹਿ ਕੇ ਆ ਗਿਆ ਕਹਿੰਦਾ ਭਾਈ ਤੁਸੀਂ ਵੀ ਗੇੜਾ ਮਾਰ ਲਿਓ ਕਹਿੰਦੀ ਕੋਈ ਨਹੀਂ ਵਾਪਸ ਆ ਜਾਾਂਗੇ ਚਲ ਉੱਥੇ ਹੋ ਰਹੇ ਪੂਰੇ ਭਾਈ ਪਈ ਹੁੰਦੇ ਸੰਦੇ ਕੋਈ ਉੱਥੇ ਦਾ ਰਾਜਾ ਮਰ ਗਿਆ ਖਾਨੀ ਹੋਰ ਕਿਤੇ ਦਾ ਭਈ ਉਹਨੂੰ ਤਾਂ ਰਾਜ ਦਾ ਮਾਲਕ ਬਣਾਤਾ ਕਰਮਾ ਦੀ ਗੱਲ ਦੇਖ ਲੈ ਰਾਜ ਦਾ ਮਾਲਕ ਜਦੋਂ ਬਣ ਗਿਆ ਉਹ ਇਹ ਉਹ ਤਾਂ ਅੱਜ ਹੋਰ ਸਵੇਰੇ ਹੋਰ ਸਾਰਿਆਂ ਨੇ ਤਾਹਾਂ ਚੜ ਗਏ ਆਪਦੇ ਘਰੇ ਇਹ ਭਈ ਉਹਨੇ ਆਪਦੀ ਮਾਂ ਪਿਓ ਵੀ ਯਾਦ ਕਰੇ ਕਹਿੰਦਾ ਐ ਕਰ ਆਪਾਂ ਨਾ ਮਿਲੇ ਆ ਮਾਗੇ ਨਾ ਕੁਛ ਦੇਣਾ ਦੇ ਸਕਦੇ ਗਿਆ ਤੂੰ ਮੈਂ ਰੋਕਦਾ ਨਹੀਂ ਤੈਨੂੰ ਆਪਦੇ ਮਾਂ ਪਿਓ ਨੂੰ ਤੂੰ ਦੇ ਆ ਜਿਹੜਾ ਕੁਛ ਦੇਣਾ ਹੈ ਕੈਨੇ ਮਾਰੂਤਾ ਮਾ ਪਵਨਰ ਵਾਲਾ ਕੇ ਦੇਉਂਗੀ ਤੇ ਪਿਓ ਨੂੰ ਮੈਂ 2 ਕਿਲੋ ਕਿਓ ਦੇ ਕੇ ਹੂੰ ਤੇ ਅਕੇ ਚੰਗਾ ਫਾਈ ਇੱਕ ਡੱਕ ਲੈ ਲਿਆ ਤਾ ਫਲਾ ਹੂੰ ਖਾਂਜ ਜੋ ਖਜੂਰਾ ਕੀ ਸਭ ਪਕੀ ਸਪੋੜ ਗਿਆ ਕੀ ਉਹਨੇ ਤਾਂ ਭਰ ਲਿਆ ਉੱਤੇ ਲਾ ਲੈ ਚੱਪਣ ਆਟਾ ਲਾ ਲੈ ਆਟਾ ਲਾ ਕੇ ਪਿਓ ਨੂੰ 2 ਕਿਲੋ ਪੀਪੀ ਚ ਫੇਰ ਵੀ ਕਿਓ ਪਾ ਲਿਆ ਵੀ ਮੇਰਾ ਪਿਓ ਆ ਕੇ ਗਿਆ ਮੈਨੂੰ ਫੇਰ ਵੀ ਹੂੰ ਤੇ ਜਦੋਂ ਉਹ ਆ ਗਏ ਆਏ ਮਾਂ ਦਾ ਵੀ ਬੁਰਾ ਹਾਲ ਚੰਘਾੜਾ ਮਾਰੇ ਮਾਂ ਵੀ ਅਸੀਂ ਤਾਂ ਭੁੱਖੇ ਮਰਦੇ ਆਂ ਪਿਓ ਵੀ ਚੰਘਾੜਾ ਮਾਰੇ ਕਹਿੰਦਾ ਸੱਜ ਵੇਚ ਕੇ ਉਹ ਨਾ ਭਾਈ ਦੋ ਸਿਰ ਦਾਣੇ ਕਮਾ ਕੇ ਲੈ ਉਹ ਹੀ ਤੇਰੀ ਮਾਂ ਦਾ ਬੇੜਾ ਪੂਰਾ ਕਰ ਦਿੰਦਾ ਤੇ ਭਾਈ ਉਹ ਕਦਾ ਦਿਨ ਰਹੇ ਖਨੀ ਵਦੀ ਮੁੜ ਕੇ ਵਿਚਾਰੇ ਤੇ ਮਾਂ ਨੂੰ ਤਾਂ ਕਹਿੰਦੀ ਆਏ ਕਰੀ ਜਦੋਂ ਕੋਈ ਇੱਥੇ ਹੋਇਆ ਨਾ ਉਦੋਂ ਖੋਲੀ ਆਹ ਕੁੱਜਾ ਜਿਹੜਾ ਮੈਂ ਤਪਲਾ ਲਈਆਂ ਇਹ ਚ ਤਾਂ ਤੇਰਾ ਪੌਣਾ ਆ ਦੋ ਕਿਲੋ ਵਾਲੀ ਪੀਪੀ ਪੇ ਉਹਨੂੰ ਕਹਿੰਦੀ ਤੇਰੀ ਐਤੁ ਆਪ ਦੀ ਕਿਤੇ ਧਰ ਲਾਵਦੇ ਹੱਥ ਨਾ ਖਾ ਲਿਆ ਕਰੀ ਕਹਿੰਦਾ ਚੰਗਾ ਭਾਈ ਭਾਈ ਉਹ ਤਾਂ ਜਦੋਂ ਰਾਜਾ ਵੀ ਕਿਧਰੇ ਉਹ ਵਗ ਗਿਆ ਸੱਜ ਲੈ ਕੇ ਤੇ ਕੁੜੀ ਤੇ ਪਰੋਣਾ ਵੀ ਮੁੜ ਗਏ ਜਦੋਂ ਮੁੜ ਗਏ ਮਾਗਰੋਂ ਨੇ ਤਾਂ ਬਾਰ ਬੂ ਡਾ ਕੇ ਉਹ ਜਿਵੇਂ ਖੋਲ ਲਿਆ ਪੱਟ ਲਿਆ ਉਹ ਜਦੋਂ ਪੱਟਿਆ ਮਾਰਿਆ ਸੱਪ ਨੇ ਡੰਗ ਉਲਟਾ ਕੇ ਸਿੜਤੀ ਉਲਟਾ ਕੇ ਸਿੱਟੀ ਤਾਂ ਭਾਈ ਕਹੇ ਅੰਦਰੀ ਰਾਜਾ ਵੇ ਮੈਂ ਖਾ ਲਈ ਫਰ ਗਿਆ ਸਪਾ ਸਪੋਲੀਆਂ ਨਾ ਸਵਾਤ ਤੰਦਰੋ ਜਦੋਂ ਭਰ ਗਿਆ ਉਹ ਕਹੇ ਜਦੋਂ ਆ ਗਿਆ ਬਾਹਰੋਂ ਕਿ ਖਾਰਾਣੀ ਮੈਂ ਖਾਇਆ ਭਾਈ ਉਹ ਫੇਰ ਕਹੇ ਰਾਜਾ ਵੇ ਮੈਂ ਖਾ ਲਈ ਭਈ ਖਾਰਾਣੀ ਕਿ ਮੈਂ ਖਾਇਆ ਭਾਈ ਜਦੋਂ ਪੰਜ ਸੱਤ ਵਾਰੀ ਤਾਂ ਨਹੀਂ ਸੁਣਿਆ ਰਾਜੇ ਨੇ ਹਾਨੀ ਦੇ ਦਰਜੇ ਨੂੰ ਕਹਿੰਦਾ ਬਾਹਰ ਖੋਲ ਕੇ ਨਾ ਦੇਖਾਂ ਜਦੋਂ ਚੁੱਪਚਾਪ ਜੀ ਹੋ ਗਈ ਭਾਈ ਜਦੋਂ ਬਾਹਰ ਖੋਲ ਕੇ ਦੇਖਾਂ ਅੰਦਰ ਮਰੀ ਪੀ ਤੇ ਵੀ ਕਰਨੀਆਂ ਦੇ ਫਲ ਬੰਦਾ ਇੱਥੇ ਅਗਲਾ ਘਰ ਦਾ ਹੈ ਭਾਈ ਤੇ ਕੁੜੀ ਤੇ ਫਰਹੁਣਾ ਇਛਾ ਚ ਰਿਓ ਉਹ ਤੇ ਆਪਦੇ ਕਰਮ ਕਹਿੰਦੀ ਮੈਂ ਖਾਂਦੀ ਆ ਮੰਨ ਗਿਆ ਰਾਜਾ ਕਹਿੰਦਾ ਕਰਮ ਆਪਦੇ ਆਪੋ ਆਪਦੇ ਹੀ ਖਾਣੇ ਨੇ ਹੂੰ ਤੇ ਭਈ ਐਡੀ ਕਿ ਮੇਰੀ ਬਾਤ ਐ ਨਹੀਂ ਆ ਕਿ ਧੰਵਾਦ ਕਰ ਸਾਰਿਆਂ ਧੰਵਾਦ ਜੀ ਜਿਹੜੇ YouTube ਤੇ ਦੇਖਦੇ ਨੇ ਵੀਰ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ Facebook ਦੇ ਵਿੱਚ ਨੂੰ ਫੋਲੋ ਕਰ ਲਿਓ ਤੇ ਵਾਤ ਵਾਤ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਧੰਵਾਦ ਜੀ ਸਾਰਿਆਂ ਦਾ